ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਪੱਕੇ ਮੋਰਚੇ ਦੇ ਵੱਲੋਂ ਅੱਜ ਇੱਕ ਰੋਸ ਮਾਰਚ ਕੱਢਿਆ ਗਿਆ। 15 ਅਗਸਤ ਦੇ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਸੁਨੇਹਾ ਦੇਣ ਦੇ ਲਈ ਇਹ ਪ੍ਰੋਟੈਸਟ ਕੀਤਾ ਗਿਆ ਚੰਡੀਗੜ੍ਹ ਅਤੇ ਮੋਹਾਲੀ ਦੇ ਵਿੱਚ। ਇਹ ਪ੍ਰਦਰਸ਼ਨ, ਇਹ ਰੋਸ ਮਾਰਚ ਜਿਹੜਾ ਉਹ ਨਜ਼ਰ ਆ ਰਿਹਾ, ਤਸਵੀਰਾਂ ਤੁਹਾਡੇ ਸਾਹਮਣੇ ਕਿ ਵੱਡੀ ਗਿਣਤੀ ਦੇ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ, ਵੱਖ ਵੱਖ ਜਥੇਬੰਦੀਆਂ ਇਸ ਪ੍ਰੋਟੈਸਟ ਦਾ ਹਿੱਸਾ ਬਣੀਆਂ, ਚਾਹੇ ਉਹ ਕਿਸਾਨ ਜਥੇਬੰਦੀਆਂ ਹੋਣ, ਚਾਹੇ ਵੱਖ ਵੱਖ ਧਰਮ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਹੋਣ, ਚਾਹੇ ਉਹ ਪੰਥਕ ਧੜੇ ਹੋਣ। ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ, ਵੱਖ ਵੱਖ ਤਰ੍ਹਾਂ ਦੇ ਝੰਡੇ, ਕਾਲੇ ਝੰਡੇ ਰੋਸ ਜਤਾਉਂਦੇ ਹੋਏ ਤੁਹਾਡੇ ਸਾਹਮਣੇ ਤੁਹਾਨੂੰ ਤਸਵੀਰਾਂ ਨਜ਼ਰ ਆ ਰਹੀਆਂ ਨੇ। ਜੰਗਵੀਰ ਸਿੰਘ ਜਾ ਰਹੇ ਨੇ, ਕਿਸਾਨ ਆਗੂ ਨੇ। ਜੰਗਵੀਰ ਸਿੰਘ, ਇਹ ਪ੍ਰੋਟੈਸਟ ਅੱਜ ਕੀਤਾ ਜਾ ਰਿਹਾ, ਕੀ ਲੱਗਦਾ ਕਿ ਜਿਸ ਤਰ੍ਹਾਂ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇੱਕ ਲੰਬੇ ਟਾਈਮ ਤੋਂ ਇਹ ਪ੍ਰਦਰਸ਼ਨ ਜਿਹੜਾ ਹੈਗਾ ਚੱਲ ਰਿਹਾ, ਪੱਕਾ ਮੋਰਚਾ ਚੱਲ ਰਿਹਾ? ਦੇਖੋ ਬਰਾੜ ਸਾਹਿਬ, 2 ਸਾਲ ਹੋ ਗਏ ਸੜਕਾਂ ਤੇ ਬੈਠਿਆਂ ਨੂੰ, ਬੰਦੀ ਸਿੰਘਾਂ ਦੀ ਰਿਹਾਈ ਕਰਨ ਵਾਸਤੇ ਦੇਖੋ ਮੋਰਚਾ ਲੱਗਾ ਹੋਇਆ। ਬੜੇ ਤ੍ਰਾਸਦੀ ਦੀ ਗੱਲ ਹੈ, ਇੱਕ ਪਾਸੇ 15 ਅਗਸਤ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ, ਦੂਸਰੇ ਪਾਸੇ ਲੋਕ ਸੜਕਾਂ ਤੇ ਕਾਲੇ ਝੰਡੇ ਲੈ ਕੇ ਕਾਲਾ ਦਿਵਸ ਮਨਾ ਰਿਹਾ। ਬੜੇ, ਮੈਂ ਕਹਿੰਦਾ ਸਰਕਾਰਾਂ ਨੂੰ ਦੇਖਣਾ ਚਾਹੀਦਾ ਕਿ ਜਿਹੜੇ ਲੰਬੇ ਸਮੇਂ ਤੋਂ ਬੰਦੀ ਸਿੰਘ ਜੇਲ੍ਹਾਂ 'ਚ ਡੱਕੇ ਹੋਏ ਆ, ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ, ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਔਰ ਜਿਹੜਾ ਵੀ ਇਸ ਕੌਮ ਦਾ ਆਗੂ ਇਸ ਪੰਜਾਬ ਪ੍ਰਤੀ, ਆਪਣੇ ਦੇਸ਼ ਪ੍ਰਤੀ, ਸਿੱਖ ਕੌਮ ਪ੍ਰਤੀ ਆਵਾਜ਼ ਬੁਲੰਦ ਕਰਦਾ, ਉਹਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ। ਤੁਹਾਨੂੰ ਲੱਗਦਾ ਹੈ ਕਿ ਇਸ ਪ੍ਰਦਰਸ਼ਨ ਦੇ ਰਾਹੀਂ ਜਿਹੜਾ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਹੈ ਉਹਦੇ 'ਚ ਕਾਮਯਾਬ ਹੋਵੋਗੇ? ਬਿਲਕੁਲ ਜੀ, ਗੁਰੂ ਮਹਾਰਾਜ ਦੀ ਅਸੀਂ ਤਾਂ ਵੋਟ ਆਸਰਾ ਲੈ ਕੇ ਚੱਲਦੇ ਹਾਂ, ਤਾਂ ਹਮੇਸ਼ਾ ਇਹ ਹੀ ਆਸ ਕਰੀਦੀ, ਪੋਜ਼ਿਟਿਵ ਰਹੀਦਾ ਕਿ ਸੁਨੇਹਾ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਕੇ ਜਿਹੜਾ ਪਹੁੰਚੇ ਸਰਕਾਰਾਂ ਦੇ ਕੰਨਾਂ ਤੱਕ ਪਹੁੰਚੇ, ਤਾਂ ਜੋ ਜਿਹੜਾ ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾ ਸਕੇ। ਕਹਿੰਦੇ ਨੇ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ। ਜਸਕਰਨ ਸਿੰਘ, ਕਾਹਨ ਸਿੰਘ ਵਾਲਾ ਵੀ ਇਸ ਪ੍ਰਦਰਸ਼ਨ ਦਾ ਹਿੱਸਾ ਨੇ। ਕਾਹਨ ਸਿੰਘ ਵਾਲਾ ਜੀ, ਕਿਵੇਂ ਦੇਖਦੇ ਹੋ ਅੱਜ ਇੱਕ ਵੱਡਾ ਪ੍ਰੋਟੈਸਟ ਹੈ ਜਿਹੜਾ ਉਹ ਕੀਤਾ ਗਿਆ 15 ਅਗਸਤ ਦੇ ਦਿਨ? ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਰੋਸ ਮਾਰਚ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ। ਇਹ ਅਸੀਂ ਗੁਲਾਮੀ ਦੀ ਨਿਸ਼ਾਨੀ ਹੈ, ਜੇ ਅਸੀਂ ਗੁਲਾਮ ਹੈ ਤਾਂ ਹੀ ਅੱਜ ਸੜਕਾਂ 'ਤੇ ਹੈ। ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਉਹ ਸੜਕਾਂ 'ਤੇ ਹੁੰਦੀਆਂ, ਧਰਨਿਆਂ 'ਚ ਹੁੰਦੀਆਂ, ਮਜ਼ਾਹਰੇ 'ਚ ਹੁੰਦੀਆਂ, ਜੇਲ੍ਹਾਂ 'ਚ ਹੁੰਦੀਆਂ। ਇੰਡੀਅਨ ਸਟੇਟ ਸਾਨੂੰ ਇੱਕ ਜਵਾਬ ਤਾਂ ਦੇਵੇ, ਅਸੀਂ 85% ਕੁਰਬਾਨੀਆਂ ਕੀਤੀਆਂ, ਸਾਡਾ ਦਰਬਾਰ ਸਾਹਿਬ ਕਿਉਂ ਤਾਂ ਜਵਾਬ ਦੇਵੇ? ਸਾਡੇ ਗਲਾਂ 'ਚ ਟਾਇਰ ਪਾਏ ਆ, ਜਵਾਬ ਕਿਉਂ ਦੇਵੇ? ਸਾਡੀ ਧੀਆਂ ਭੈਣਾਂ ਦੀਆਂ ਬੇਪਤੀਆਂ ਕੀਤੀਆਂ, ਜਵਾਬ ਦੇਵੇ? ਸਾਡਾ ਆਨੰਦਮਾਇਰ ਜੈਕਟ ਖੋਲ੍ਹਿਆ, ਪੰਜਾਬੀ ਬੋਲਦੇ ਇਲਾਕੇ ਖੋਲ੍ਹੇ ਆ, ਸਾਡੇ ਹੈੱਡਵਰਕਸ ਖੋਲ੍ਹੇ ਆ, ਸਾਡੇ ਬੰਦੀ ਸਿੰਘਾਂ ਨੂੰ ਜੇਲ੍ਹਾਂ 'ਚ ਬੰਦ ਕਰਤਾ, ਸਿਰਸੇ ਵਾਲੇ ਸਾਧ ਨੂੰ 11 ਵਾਰੀ ਪਰੋਲ ਦਿੱਤੀ ਹੈ, ਸਾਡੀ ਇੰਡਸਟਰੀ ਹਿਜਰਤ ਕਰ ਗਈ ਹੈ, ਸਾਡਾ ਨੌਜਵਾਨ ਹਿਜਰਤ ਕਰ ਗਿਆ, ਕਿਸਾਨ 700 ਨੂੰ ਮਾਰ ਕੇ ਮੋਦੀ ਕਹਿੰਦਾ, ਅੱਜ ਮੈਂ ਜਸ਼ਨ ਮਨਾ ਰਿਹਾ, ਅਤੇ ਮੋਦੀ ਸਾਹਿਬ ਜਵਾਬ ਦੇਵੇ? 550 ਸਾਲਾਂ 'ਤੇ ਤੂੰ ਕਹਿ ਕੇ ਆਇਆ ਸੀ ਕਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜਾ ਸ਼ਤਾਬਦੀ ਸੀ ਕਿ ਮੈਂ ਬੰਦੀ ਸਿੰਘ ਨੂੰ ਰਿਹਾਅ ਕਰੂੰਗਾ? ਅੱਜ ਪੂਰੇ ਵਰਲਡ ਦੇ ਸਾਹਮਣੇ ਝੂਠ ਬੋਲ ਰਿਹਾ ਕਿ ਪੀਸ ਹੈ, ਇਸ ਕਰਕੇ ਅਸੀਂ ਕਹਿੰਦੇ ਹਾਂ ਅਸੀਂ ਸ਼ਾਂਤੀ ਚਾਹੁੰਦੇ ਹਾਂ, ਪੀਸ ਚਾਹੁੰਦੇ ਹਾਂ, ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਸ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕਹਿੰਦੇ ਨੇ ਕਿ ਪ੍ਰਦਰਸ਼ਨ ਕੀਤਾ ਜਾ ਰਿਹਾ, ਨਜ਼ਰ ਤੁਹਾਡੀ ਜਿੱਤ ਤੱਕ ਜਾਵੇਗੀ, ਤੁਹਾਨੂੰ ਇੱਕ ਵੱਡਾ ਇਕੱਠ ਨਜ਼ਰ ਆਏਗਾ। ਬੀਬੀ ਜੀ ਵੀ ਇਸ ਪ੍ਰਦਰਸ਼ਨ ਦਾ ਹਿੱਸਾ ਨੇ। ਬੀਬੀ ਜੀ, ਪ੍ਰਦਰਸ਼ਨ ਕੀਤਾ ਜਾ ਰਿਹਾ, ਅੱਜ ਤੁਸੀਂ ਵੇਖਿਆ ਵੱਡਾ ਇਕੱਠ ਹੈ ਜਿਹੜਾ ਉਹ ਨਜ਼ਰ ਆਇਆ, ਕਿੱਥੇ ਕਿੱਥੇ ਜਾ ਕੇ ਆਏ, ਔਰ ਕੀ ਲੱਗਦਾ ਹੈ ਕਿ ਸੁਨੇਹਾ ਕਿਸ ਤਰ੍ਹਾਂ ਦਾ ਜਾ ਰਿਹਾ? ਮੈਨੂੰ ਲੱਗਦਾ ਇੱਕ ਸਟਰੋਂਗ ਮੈਸੇਜ ਆ ਰਿਹਾ ਹੈਗਾ ਸਰਕਾਰ ਨੂੰ ਇੰਨੇ ਇਕੱਠ ਦੇ ਨਾਲ, ਕਿ ਬੰਦੀ ਸਿੰਘਾਂ ਨੂੰ ਛੱਡਣਾ ਚਾਹੀਦਾ ਹੈਗਾ। ਉਹਨਾਂ ਦੇ ਇੰਨੇ ਸਾਲ ਹੋ ਗਏ ਨੇ, ਆਪਣੀ ਉਹਨਾਂ ਦੀ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ, ਉਸ ਤੋਂ ਬਾਅਦ ਵੀ ਉਹ ਜੇਲ੍ਹ 'ਚ ਨੇ। ਮੈਂ ਕਿਹਾ ਹਿਊਮਨ ਰਾਈਟਸ ਦੇ ਬੇਸਿਸ 'ਤੇ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈਗਾ ਹੁਣ ਤਾਂ। ਗੁਰਮੀਤ ਸਿੰਘ ਹੋਰਾਂ ਦੀ ਬਿਆਨ ਸਿੰਘ ਕਤਲਕਾਂਡ ਮਾਮਲੇ 'ਚ ਜਿਹੜੀ ਰੈਗੂਲਰ ਜ਼ਮਾਨਤ ਹੋ ਗਈ ਹੈ, ਤੁਹਾਨੂੰ ਲੱਗਦਾ ਕਿ ਉਸ ਤੋਂ ਬਾਅਦ ਹੁਣ ਰਸਤਾ ਅੱਗੇ ਬਾਕੀਆਂ ਦੇ ਲਈ ਵੀ ਖੁੱਲ੍ਹੇਗਾ?
ਖੁੱਲ੍ਹਣਾ ਤਾਂ ਚਾਹੀਦਾ ਹੈਗਾ ਬਾਕੀਆਂ ਲਈ ਵੀ ਰਸਤਾ। ਅਤੇ ਗੁਰਮੀਤ ਸਿੰਘ ਹੁਣਾਂ ਦੇ ਬਾਰੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਉਹਨਾਂ ਨੂੰ ਬੇਲ ਮਿਲਦੀ ਹੈਗੀ ਆ, ਹੈ ਨਾ, ਪਰ ਉਹ ਕੀ ਕਹਿੰਦੇ ਆ, ਉਹਨਾਂ ਦਾ ਕੇਸ ਨਹੀਂ ਖਤਮ ਹੋ ਰਿਹਾ ਹੈਗਾ, ਹੈ ਨਾ। ਦਿਸ ਇਜ਼ ਲਾਈਕ ਜਸਟਿਸ ਡਿਲੇਡ, ਹੈ ਨਾ, ਜੋ ਡਿਲੇ ਹੋ ਰਿਹਾ ਬਹੁਤ ਜ਼ਿਆਦਾ। ਤਾਂ ਕਹਿੰਦੇ ਨੇ ਕਿ ਨਿਆਂ ਜਿਹੜਾ ਹੈਗਾ ਬਹੁਤ ਪਿੱਛੇ ਜਾ ਰਿਹਾ, ਦੇਰੀ ਨਾਲ ਮਿਲ ਰਿਹਾ, ਔਰ ਬੰਦੀ ਸਿੰਘ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਕੀਤੀ ਜਾਵੇ। ਤਾਂ ਇਹ ਇੱਕ ਵੱਡਾ ਇਕੱਠ ਨਜ਼ਰ ਆ ਰਿਹਾ, ਜਿਸ ਦੇ ਵਿੱਚ ਬੀਬੀਆਂ ਵੀ ਔਰ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਨੇ ਝੰਡੇ ਉਹ ਹੱਥਾਂ ਦੇ ਵਿੱਚ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਨੇ ਉਹ ਵੀ ਇਸ ਪ੍ਰਦਰਸ਼ਨ ਦਾ ਹਿੱਸਾ ਨੇ। ਔਰ ਤਸਵੀਰਾਂ ਤੁਹਾਡੇ ਸਾਹਮਣੇ ਕਿ ਕਿਸ ਤਰ੍ਹਾਂ ਚੰਡੀਗੜ੍ਹ ਮੋਹਾਲੀ ਦੇ ਵਿੱਚ ਇਹ ਪ੍ਰਦਰਸ਼ਨ ਹੈ ਜਿਹੜਾ ਉਹ ਕੀਤਾ ਜਾ ਰਿਹਾ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਾਲੇ ਝੰਡੇ, ਕੌਮੀ ਇਨਸਾਫ਼ ਮੋਰਚਾ, ਇਹ ਉਹ ਮੋਰਚਾ ਜਿਹੜਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੇ ਲਈ ਪੱਕਾ ਮੋਰਚਾ ਜਿਹੜਾ ਲਾਇਆ ਗਿਆ, ਲੰਮਾ ਸਮਾਂ ਲੰਘ ਗਿਆ ਔਰ ਅੱਜ 15 ਅਗਸਤ ਦੇ ਦਿਨ ਇਹ ਪ੍ਰਦਰਸ਼ਨ ਹੈ ਜਿਹੜਾ ਉਹ ਕੀਤਾ ਗਿਆ। ਔਰ ਹੁਣ ਵਾਪਸ YPS ਚੌਂਕ ਜਿੱਥੇ ਇਹ ਪੱਕਾ ਮੋਰਚਾ ਲੱਗਿਆ ਹੋਇਆ, YPS ਚੌਂਕ ਮੋਹਾਲੀ ਦੇ ਵਿੱਚ, ਉੱਥੇ ਵਾਪਸ ਪਹੁੰਚੇ ਨੇ ਮੋਹਾਲੀ ਦੇ ਵੱਖ ਵੱਖ ਹਿੱਸਿਆਂ ਦੇ ਵਿੱਚੋਂ ਪ੍ਰਦਰਸ਼ਨ ਕਰਦੇ ਹੋਏ ਇਹ ਜਥਾ ਜਿਹੜਾ ਇੱਥੇ YPS ਚੌਂਕ ਜਿੱਥੇ ਪੱਕਾ ਮੋਰਚਾ ਲਾਇਆ ਹੋਇਆ, ਜਿੱਥੇ ਪੱਕਾ ਧਰਨਾ ਲਾਇਆ ਗਿਆ, ਉੱਥੇ ਵਾਪਸ ਪਹੁੰਚਿਆ ਔਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਤਸਵੀਰਾਂ ਤੁਹਾਡੇ ਸਾਹਮਣੇ ਨੇ ਔਰ ਸਪਸ਼ਟ ਰੂਪ ਦੇ ਵਿੱਚ ਸੁਨੇਹਾ ਦੇਣ ਦੀ ਕੋਸ਼ਿਸ਼, ਕਹਿੰਦੇ ਨੇ ਕਿ ਸਰਕਾਰਾਂ ਤੱਕ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਕਿ ਜਿਹੜੇ ਸਿੱਖ ਕੈਦੀ ਆਪਣੀਆਂ ਵੱਖ ਵੱਖ ਕੇਸਾਂ ਦੇ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਕੀਤੀ ਜਾਵੇ। ਤਸਵੀਰਾਂ ਤੁਹਾਡੇ ਸਾਹਮਣੇ ਨੇ।